Yeah, and you can move it. I come in once, I don't know what I'm doing. जिस तरह असि इधर गोश्त की जखनी बनाने आ चिप्स हैगी है बच्चे दस भी रुपये दो यार दिल कर रहा बड़ा आलू वाली चिप्स खा तो चिप्स लै खा असी जो रंग करवाने ना सफेदी वगैरह पेंट वगैरह तो उन्होंने असी क्या ज उसी उस चीज़ को कहने कि पटीन जरा चंगी तरह पाते किसी जगह तो टोया ना रह जाए चीज़ दस्या जे ना मैं मखन लग रहा लै लो आलू भी आ गए ने अच्छा जी है जी प्रोटीन जिस तरह एक गोश्त छोटा हो मुर्गी का हो के काली मिर्च पा के उत्ते रख दे ਉਹ ਪੱਕ ਪੱਕ ਜਦੋਂ ਦੋ ਤਿੰਨ ਕੱਪ ਰਹਿ ਜੇ ਤਾਂ ਉਦੋਂ ਉਹਨੂੰ ਉਤਾਰ ਲਈਦਾ ਕਹੀਦਾ ਕਿ ਆ ਜ਼ਖਮੀ ਬਣ ਗਈ ਅਸੀਂ ਜਿਹੜੇ ਆਲੂ ਨੇ ਉਹਨਾਂ ਦੀ ਜਾਂ ਚਿਪਸ ਬਣਾ ਖਾਈ ਦੀ ਹੈ ਜਾਂ ਹਾਂਡੀਏ 'ਚ ਪਾ ਕੇ ਸਬਜ਼ੀ 'ਚ ਮਸਲਨ ਪਾ ਲਈ ਜਾਂ ਖਾਲੀ ਹਾਂਡੀ ਵਿੱਚ ਆਲੂ ਪਕਾ ਖਾਲੀ ਆਲੂ ਵੀ ਪਕਾ ਲੈਂਦੇ ਨੇ ਅਤੇ ਇੰਝ ਦੇ ਮਿਕਸ ਵੀ ਬਣਾ ਲੈਂਦੇ ਪੱਕੀ ਆ ਮਸਲਨ ਅਤੇ ਚੀਜ਼ ਜਖਨੀ ਹੈ ਇੰਝ ਦੇ ਅਸੀਂ ਕਦੀ ਨਹੀਂ ਖਾਂਦੇ ਇਹ ਚਲੋ ਇਹ ਜਿਹੜੀ ਹੈ ਸਾਡੇ ਦਹੀਂ ਭੱਲੇ ਹੋ ਗਏ ਉਹਨਾਂ ਦੀ ਇਹ ਜਿਹੜੀ ਹੈ ਸੂਪ ਹੋ ਗਈ ਹੈ ਦਹੀਂ ਭੱਲਿਆਂ ਵਰਗੀ ਕਿ ਉਹਨਾਂ ਨੂੰ ਕਦੀ ਕਦੀ ਖਾਣੀ ਤਾਂ ਅਸੀਂ ਕਦੀ ਕਦੀ ਲੈਣ ਜਾਣਾ ਬਾਜ਼ਾਰੋਂ ਚਾਚਾ ਮੁੱਚ ਫੜਨ ਲੱਗਾ ਮੇਰਾ ਤਿਆਰ ਕੰਬਲਾ ਹੈ ਇੱਕ ਮੈਨੂੰ ਆਸਾ ਆ ਜਾ ਮੈਂ ਕੀ ਕਰਾਂ ਮੇਰੀ ਵਾਕਈ ਕੋਈ ਗੱਲ ਨਹੀਂ ਓਹੋ ਖਾ ਲੈ ਉਹ ਵੀ ਵੇਖੀ ਜ਼ੈਕਾ ਤਾਂ ਇਹਦਾ ਬਹੁਤ ਅੱਛਾ ਹੈ ਇਹਦਾ ਤਾਂ ਬੜਾ ਅੱਛਾ ਜ਼ੈਕਾ ਬੜਾ ਮਜ਼ੇਦਾਰ ਵੀ ਇਹ ਵਿੱਚ ਇਹ ਚੀਜ਼ ਜੋ ਵੀ ਮੇਰੀ ਚਮਚ ਨਾਲ ਹਲੇ ਵੀ ਲਮਕ ਰਹੇ ਆ ਜਿਸ ਤਰ੍ਹਾਂ ਇੱਕ ਨਮਕ ਵਾਲੀ ਅਸੀਂ ਚੀਜ਼ ਖਾ ਰਹੇ ਹਾਂ ਨਮਕ ਵਾਲੀ ਇਸ ਤਰ੍ਹਾਂ ਕਿ ਜਿਵੇਂ ਅਸੀਂ ਨਮਕ ਵਾਲਾ ਗੋਸ਼ਤ ਨਹੀਂ ਖਾਂਦੇ ਨਮਕ ਲਾ ਕੇ ਉਬਾਲ ਕੇ ਇਹਦਾ ਜ਼ੈਕਾ ਉਸ ਤਰ੍ਹਾਂ ਦਾ ਆ ਰਿਹਾ ਜ਼ੈਕਾ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਇਹ ਜਿਹੜੀ ਚੀਜ਼ ਤੁਸੀਂ ਪਾਈ ਹੈ ਅਤੇ ਉੱਤੇ ਯਖਨੀ ਦਾ ਜਿਹੜਾ ਪਾਇਆ ਸ਼ੋਰਬਾ ਤੋ ਆਲੂ ਯਖਨੀ ਇਹ ਚੀਜ਼ ਇਹਦਾ ਜ਼ੈਕਾ ਟੇਸਟ ਬਹੁਤ ਅੱਛਾ ਹੋ ਗਿਆ ਇਹਦੇ ਤਾਂ ਆਲੂ ਵਾਲੇ ਚਾਵਲ ਬਣਾ ਲੈਂਦੇ ਨੇ ਆਲੂ ਗੋਸ਼ਤ ਬਣਾ ਲੈਂਦਾ ਹੈ ਅਤੇ ਆਲੂ ਚਿਪਸ ਯਾਨੀ ਕਿ ਜਿਹੜੇ ਹੈਗੇ ਨੇ ਉਹ ਵੀ ਇਸਤੇਮਾਲ ਕਰੀਦੇ ਹੈਗੇ ਨੇ ਇਹ ਤਾਂ ਅੱਜ ਪਹਿਲੀ ਵਾਰੀ ਅਸੀਂ ਖਾ ਰਹੇ ਹਾਂ ਕਿਉਂਕਿ ਮੈਂ ਜ਼ਰਾ ਯਖਨੀ ਬਣਾਉਂਦੀ ਵੀ ਘੱਟ ਹਾਂ ਅਤੇ ਪੀਂਦੀ ਵੀ ਘੱਟ ਹਾਂ ਲੇਕਿਨ ਇਹਦਾ ਜ਼ੈਕਾ ਮੈਨੂੰ ਅੱਛਾ ਲੱਗ ਰਿਹਾ ਵੇ ਅੱਛਾ ਕੀ ਬਹੁਤ ਹੀ ਅੱਛਾ ਇਹ ਅੱਛੀ ਚੀਜ਼ ਹੈ ਇਹ ਬਸ ਚਿਪਸ ਬੰਦ ਕਰਾਓ ਤਾਕਤਵਰ ਵੀ ਹਰ ਜਗ੍ਹਾ ਦੀ ਤੇ ਇਹ ਚੀਜ਼ ਚਲਵਾਓ ਤਿੰਨੇ ਚੀਜ਼ਾਂ ਮਤਲਬ ਆਲੂ ਵੀ ਤਾਕਤਵਰ ਨਾ ਚੀਜ਼ ਵੀ ਅਤੇ ਯਖਨੀ ਦਾ ਜਿਹੜਾ ਸ਼ੋਰਬਾ ਸ਼ੁਰਬਾ ਉੱਤੇ ਪਾਏ ਉਹ ਵੀ ਤਾਕਤਵਰ ਨੇ ਕਿਉਂਕਿ ਸਾਨੂੰ ਵੀ ਇਹੀ ਬਣਾਉਣਾ ਚਾਹੀਦਾ ਜਿਹੜਾ ਅਸੀਂ ਯਖਨੀ ਪਾਣੀ ਨੀਰਾ ਇਕੱਠਾ ਕਰਕੇ ਪੀਂਦੇ ਹਾਂ ਨਾ ਸਾਨੂੰ ਵੀ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਨੇ ਮਿਕਸ ਕਰਕੇ ਬਣਾਉਣੀ ਚਾਹੀਦੀ ਕਿਉਂ ਚਮਚ ਨਾਲ ਖਾ ਲਈ ਅਸੀਂ ਜੋ ਸ਼ੋਰਬਾ ਪੀਣ ਲੱਗ ਹੋਏ ਨੇ ਇਹ ਚੀਜ਼ ਬਣਾਉਣੀ ਚਾਹੀਦੀ ਸਾਨੂੰ ਬਹੁਤ ਅੱਛਾ ਸਾਡੇ ਬੱਚੇ ਵੀ ਖਾ ਸਕਦੇ ਨੇ ਕਿ ਬਿਮਾਰ ਵੀ ਇਹ ਇੱਕ ਨੋਰਮਲ ਡਿਸ਼ ਹੈ ਜਲਦੀ ਬਣ ਜਾਂਦੀ ਹੈ ਭਲਵਾਨ ਭਾਵੇਂ ਬੇਸ਼ੱਕ ਨਾ ਬਣਨ ਹੱਡੀਆਂ ਮਜ਼ਬੂਤ ਬੱਚੇ ਦੀਆਂ ਹੋਣੀਆਂ ਚਾਹੀਦੀ ਕਿ ਉਹ ਪੜ੍ਹਾਈ ਵੱਲ ਜਿਹੜਾ ਉਹਦਾ ਜ਼ਿਹਨ ਸਹੀ ਰਹੇ ਇੱਕ ਜ਼ਿੰਮੇਵਾਰੀ ਸਾਡੀ ਹੋਰ ਵੱਧ ਗਈ ਹੈ ਕਿ ਅਗਰ ਅਸੀਂ ਅੱਜ ਉਹਨਾਂ ਨੂੰ ਦੱਸੀਏ ਤਾਂ ਉਹਨਾਂ ਕਹਿਣਾ ਸਾਨੂੰ ਫਟਾਫਟ ਬਣਾ ਕੇ ਦਿਓ ਹੁਣੇ ਹੀ ਬਣਾਓ ਆਲੂ ਲਿਆਓ ਚੀਜ਼ ਲਿਆਓ ਯਖਨੀ ਪਾਓ ਅਤੇ ਚਲੋ ਦਿਓ ਅਸੀਂ ਚਿਪਸ ਲੈਂਦੇ ਹਾਂ ਦੱਸਾਂ 20 ਰੁਪਈਆਂ ਦੀ ਤਾਂ 20-30 ਰੁਪਏ ਦੀ ਮਿਲ ਜਾਂਦੀ ਸੀ ਉਹ ਬਣੀ ਹੋਈ ਮਿਲ ਜਾਂਦੀ ਜੇ ਜ਼ਿਆਦਾ ਅਤੇ ਆਲੂ ਕਿਲੋ 2 ਕਿਲੋ ਲਿਆ ਕੇ ਘਰ ਬਣਾ ਲਵੋ ਅਸੀਂ ਇਹ ਪ੍ਰੋਟੀਨ ਦਾ ਜ਼ਰਾ ਪਲੇਟ ਖਾਲੀ ਕਰ ਲਈਏ ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਬੈਲ ਦਾ ਬਟਨ ਜ਼ਰੂਰ ਦਬਾਉਣਾ ਅੱਲਾ ਹਾਫਿਜ਼ ਕੈਂਡਰਾ ਨਾ ਹੀ ਨਹੀਂ ਸੰਧਿਆ ਦਾ ਕੈਂਡਰਾ
ਜੇ ਸਾਨੂੰ ਨਾ ਸੀ ਤਿਆਰ ਮੁੜ ਕਿਹੜੀ ਗੱਲ।